ਵਾਲਮ ਦੀ ਸੱਚੀ ਸਰਕਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਦੀ ਨਿਗਮਾਂਦੇ ਹੋਏ ਸਾਧ ਸੰਗਤ ਜੀਓ ਫਤਿਹ ਦਾ ਸਾਂਝ ਪਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਸਾਰਿਆਂ ਨੂੰ ਪਤਾ ਜੋ 1984 ਦੇ ਵਿੱਚ ਜੂਨ ਦੇ ਹਮਲੇ ਤੋਂ 4-5 ਮਹੀਨੇ ਬਾਅਦ ਨਵੰਬਰ ਦੇ ਵਿੱਚ ਹੁੰਦਾ ਉੱਥੇ ਉਹਨਾਂ ਨੇ ਸਿੱਖ ਨੌਜਵਾਨਾਂ ਨੂੰ ਮਾਰਿਆ ਸਕੂਲਾਂ ਨੂੰ ਸਾਰਿਆ ਗੁਰਦਵਾਰਿਆਂ ਨੂੰ ਸਾਰਿਆ ਤਾਂ ਜੋ ਉਹਨਾਂ ਨੇ ਨਸਲ ਕੁਸ਼ੀ ਕੀਤੀ ਦੁਸ਼ਮਣ ਨੇ ਕੋਈ ਝਿਜਕ ਨਹੀਂ ਛੱਡੀ ਉਹਨਾਂ ਨੇ ਆਪਣੀ ਹੋਂਦ ਬਚਾਉਣ ਲਈ ਸਿੱਖਾਂ ਦਾ ਤਾਂ ਸਿੱਖੀ ਦਾ ਘਾਨ ਕੀਤਾ ਕਰਕੇ ਇਹ ਲੜਾਈ ਕੌਮਾਂ ਦੀਆਂ ਹੋਂਦਾਂ ਦੀ ਲੜਾਈ ਆ ਉਹਨਾਂ ਨੇ ਦੇਖਿਆ ਬਹੁਤ ਚੰਗੀ ਤਰ੍ਹਾਂ ਸਮਝਿਆ ਕਿ ਜੇ ਸਿੱਖ ਅਨਖੀਲੇ ਹੋ ਗਏ ਇੱਕ ਵਾਰ ਫੇਰ ਤਾਂ ਇਹਨਾਂ ਦੀ ਅੱਖ ਜਾਗ ਪਈ ਇਹ ਆਪਣਾ ਰਾਜ ਭਾਗ ਕਾਇਮ ਕਰੂਗੇ ਕਰਕੇ ਉਹਨਾਂ ਦੀ ਮਾਨਸਿਕਤਾ ਬਹੁਤ ਨੀਵੀਂ ਸੀਗੀ ਉਹਨਾਂ ਨੇ ਸੋਚਿਆ ਜੇ ਇਹਨਾਂ ਨੇ ਰਾਜ ਭਾਗ ਕਾਇਮ ਕੀਤਾ ਇਹ ਜਿਹੜੇ ਸਾਡੇ ਕੀਤੇ ਹੋਏ ਆ ਉਹਨਾਂ ਦਾ ਬਦਲਾ ਲਊਗੇ ਕਰਕੇ ਉਹ ਆਪਣੇ ਨਜ਼ਰੀਏ ਦੇ ਨਾਲ ਦੇਖਦੇ ਸੀਗੇ ਸੋ ਉਹਨਾਂ ਨੇ ਆਪਣੀ ਹੋਂਦ ਬਚਾਉਣ ਲਈ ਉਹਨਾਂ ਨੇ ਸੋਚਿਆ ਕਿ ਅਸੀਂ ਆਹਨਾਂ ਨੂੰ ਇੰਨਾ ਜ਼ਿਆਦਾ ਸਬਕ ਸਿਖਾਈਏ ਕਿ ਦੁਬਾਰਾ ਇਹ ਉੱਠ ਨਾ ਸਕਣ ਇਹ ਲੜਾਈ ਹੋਂਦ ਦੀ ਲੜਾਈ ਸੀ ਜਿਹੜਾ ਜੈਨੋਸਾਈਡ ਹੋਇਆ ਨਸਲਕੁਸ਼ੀ ਹੋਈ ਇਹ ਪੋਲੀਟੀਕਲ ਵਾਇਲੈਂਸ ਸੀਗਾ ਇਹ ਸਿਆਸਤ ਦਾ ਇੱਕ ਦੂਜਾ ਰੂਪ ਸੀਗਾ ਜਿਹੜਾ ਸਰਕਾਂ ਦੇ ਵਿੱਚ ਲੋਕਾਂ ਨੂੰ ਮਾਰਿਆ ਗਿਆ ਇਹ ਇਹ ਕੋਈ ਸਿਆਸਤ ਤੋਂ ਵੰਜਾ ਨਹੀਂ ਹੈਗਾ ਜਿ세 ਕਹਿੰਨੇ ਸਿਆਸਤ ਸਿਰਫ ਰਾਜਸਤਾਨੀ ਦੇ ਵਿੱਚ ਹੁੰਦੀ ਆ ਤਾਂ ਫਿਰ ਅਸੀਂ ਭੁੱਲ ਜਾਂਦੇ ਕਿ ਫੌਜ ਕਾਦੇ ਲਈ ਵਰਤੀ ਜਾਂਦੀ ਆ ਜਦੋਂ ਵੀ ਜੈਨੋਸਾਈਡ ਹੁੰਦਾ ਆ ਜਾਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਉੱਥੇ ਤਾਂ ਆਮ ਲੋਕ ਥੋੜੇ ਸੀਗੇ ਉੱਥੇ ਤਾਂ ਉਹਨਾਂ ਨੇ ਫੌਜ ਆਪਣੀ ਪੂਰੀ ਵੱਧ ਗਿਣਤੀ ਚ ਭੇਜੀ ਸੋ ਜੋ ਇਹ ਨਸਲਕੁਸ਼ੀ ਸਰਕਾਂ ਦੇ ਵਿੱਚ ਹੋਈ ਇਹ ਵੀ ਇੱਕ ਸਿਆਸਤ ਦਾ ਇੱਕ ਹੋਰ ਰੂਪ ਸਗਾ ਤੋ ਇਹ ਜਿਹੜਾ ਪੋਲੀਟੀਕਲ ਵਾਇਲੈਂਸ ਆ 78 ਤੋਂ ਹੀ ਸ਼ੁਰੂ ਹੋ ਜਾਂਦਾ ਸਿਰਫ 1984 ਦੇ ਵਿੱਚ ਨਹੀਂ ਇਹ ਪਹਿਲਾਂ ਹੀ ਵੱਖ-ਵੱਖ ਰੂਪ ਲੈਂਦੇ ਆ ਹੋਇਆ ਇਹ ਸਿਆਸੀ ਜਿਹੜਾ ਹਿੰਸਾ ਆ ਸਾਡੇ ਸਰੀਰਾਂ ਦੇ ਤਾਂ ਮਨਾਂ ਦੇ ਉੱਤੇ ਵਿਛਰਦਾ ਆ ਸੋ ਜਿਹੜੀ ਬੋਧੇ ਬੁਲਾਰਿਆਂ ਨੇ ਗੱਲ ਕੀਤੀ ਆ ਇਸ ਸੰਘਰਸ਼ ਸਾਡੀ ਆਜ਼ਾਦੀ ਦਾ ਹੀ ਸੰਘਰਸ਼ ਹੈਗਾ ਆ ਇਨੂੰ ਤਿਆਰ ਕਰਨ ਲਈ ਸਿੱਖ ਸੰਗਤਾਂ ਨੂੰ ਤਿਆਰ ਕਰਨ ਲਈ ਕਿ ਅਸੀਂ ਇਸ ਆਜ਼ਾਦੀ ਦੇ ਸੰਘਰਸ਼ ਨੂੰ ਜੂਝ ਲਈਏ ਇਹਦਾ ਸਮਾਂ ਲੱਗਦਾ ਆ ਉਹ ਪ੍ਰਚਾਰਕਾਂ ਦੀ ਬਹੁਤ ਲੋਰਿਆ ਕਿ ਪ੍ਰਚਾਰਕ ਡਰੋ ਹੋ ਕੇ ਸਿੱਖੀ ਦਾ ਪ੍ਰਚਾਰ ਕਰਨ ਜੋ ਅੱਜਕੱਲ ਅੱਜ ਦੇ ਸਮੇਂ ਦੇ ਵਿੱਚ ਇਹ ਪ੍ਰਚਾਰਕ ਡਰਦੇ ਆ ਕਹਿੰਦੇ ਅਸੀਂ ਸਿਆਸੀ ਗੱਲ ਨਹੀਂ ਕਰਨੀ ਡਰ ਦੇ ਮਾਰੇ ਆਜ਼ਾਦੀ ਨੂੰ ਸਿਆਸਤ ਦੇ ਵਿੱਚ ਰੱਖਿਆ ਜਾਂਦਾ ਕਿ ਇਹ ਪੋਲੀਟੀਕਲ ਗੱਲ ਹੈ ਅਸੀਂ ਪੋਲੀਟੀਕਲ ਗੱਲ ਨਹੀਂ ਕਰਨੀ ਪਰ ਸੀ ਜੇ ਅਸੀਂ ਸਾਡੇ ਧਰਮ ਨੂੰ ਦੇਖੀਏ ਤਾਂ ਸੰਤ ਜਰਨੈਲ ਸਿੰਘ ਵਾਲ ਨੂੰ ਦੇਖੀਏ ਉਹਨਾਂ ਨੇ ਤਾਂ ਧਰਮ ਦੀ ਗੱਲ ਕੀਤੀ ਸੀ ਉਹਦੇ ਵਿੱਚ ਤੁਸੀਂ ਕਿਸ ਚੀਜ਼ ਦਾ ਫਰਕ ਕਰਦੋਂਗੇ ਕਿ ਆਹ ਸਿਆਸਤਸਗੀ ਜਾਂ ਆਹ ਧਰਮ ਸਿਗਾ ਸੋ ਜਿਹੜੀ ਸਾਡੀ ਇਹ ਸੰਘਰਸ਼ ਆ ਸਾਡਾ ਆਜ਼ਾਦੀ ਦਾ ਸੰਘਰਸ਼ ਆ ਜੇ ਅਸੀਂ ਇਹ ਰਾਹ ਪੈ ਜੀਏ ਅਸੀਂ ਇਹਨੂੰ ਕਿਸ ਨਜ਼ਰੀਏ ਦੇ ਨਾਲ ਦੇਖਣਾ ਜੇ ਅਸੀਂ ਇਹ ਰਾਹ ਪੈ ਜੀਏ ਕਿ ਸਾਨੂੰ ਅਦਾਲਤ ਇਨਸਾਫ ਦੇਵੇ ਜੇ ਇੰਡੀਆ ਦੀ ਅਦਾਲਤ ਨਹੀਂ ਇਨਸਾਫ ਦੇਵੇ ਕੋਈ ਇੰਟਰਨੈਸ਼ਨਲ ਲੈਵਲ ਦੇ ਉੱਤੇ ਯੂਨੋ ਸਾਨੂੰ ਇਨਸਾਫ ਦੇਵੇ ਜੇ ਸੀ ਐਸ ਐਸ ਲਾਈਨ ਨੂੰ ਇਸ ਰਾਹ ਨੂੰ ਚੁਣੀ ਹੈ ਤਾਂ ਫੇਰ ਤਾਂ ਹਲੇ ਜਲੀਆਂ ਵਾਲਾ ਬਾਗ ਨੂੰ 100 ਸਾਲ ਹੋਈ ਇਸ ਇੱਥੇ ਦੀ ਸਰਕਾਰ ਨੇ ਤੁਹਾਡ ਨੂੰ ਇੱਕ ਮਾਫੀ ਨਹੀਂ ਮੰਗੀ ਇਹ ਮੰਗ ਇੱਥੇ ਰਹਿ ਗਈ ਆ ਉਹ ਤਾਂ ਉਹ ਤਾਂ ਗਿਣਤੀ ਵੀ ਭੁੱਲ ਗਈ ਹੁਣ ਜਿਹੜੀ ਅਸੀਂ ਅੱਜ ਗੱਲਾਂ ਕਰਦੇ ਕਿੰਨੇ ਲੋਕੀ ਮਾਰੇ ਗਏ ਕਿੱਦਾਂ ਮਾਰੇ ਗਏ ਉਹ ਵੀ ਗੱਲ ਭੁੱਲ ਗਈ ਹੁਣ ਤਾਂ ਗੱਲ ਇੱਥੇ ਆ ਗਈ ਤੁਸੀਂ ਬਸ ਮਾਫੀ ਸਾਡੇ ਕੋਲ ਮੰਗ ਲਓ ਜੇ ਅਸੀਂ ਜੂਨ ਦੀ ਗੱਲ ਕਰੀਏ ਉਹਦੀ ਕੋਈ ਗਿਣਤੀ ਨਹੀਂ ਕਿੱਥੇ ਉਹਨੇ ਕਿੰਨੇ ਨਹੱਤੇ ਸਿੱਖ ਮਾਰੇ ਸੰਕਿੰਨੀਆਂ ਸੰਗਤਾਂ ਉਹਨਾਂ ਨੇ ਸ਼ਹੀਦ ਕੀਤੀ ਨਵੰਬਰ ਦੀ ਗੱਲ ਕਰੀਏ ਕੋਈ ਗਿਣਤੀ ਨਹੀਂ ਕਿੰਨੇ ਤੁਹਾਡੇ ਉਥੇ ਸਿੱਖ ਮਾਰੇ ਕਿੰਨੀਆਂ ਕਿੰਨੀਆਂ ਸਿੱਖਾਂ ਨੂੰ ਅੱਗਾਂ ਲਾਈਆਂ ਕਿੰਨੇ ਔਰਤਾਂ ਦੀ ਬੇਇੱਜ਼ਤੀ ਕੀਤੀ ਉਥੇ ਕੋਈ ਗਿਣਤੀ ਨਹੀਂ ਰਹੀਗੀ ਜੇ ਅਸੀਂ ਇਸ ਰਾਹ ਦੇ ਤੁਰਦੇ ਹੋਏ ਜਸਵੰਤ ਸਿੰਘ ਖਾਲਰੇ ਨੂੰ ਦੇਖੀਏ ਉਹਨਾਂ ਦੀ ਕਮਾਈ ਨੂੰ ਦੇਖੀਏ ਉਹਨਾਂ ਦੀ ਘਾਲਣਾ ਨੂੰ ਦੇਖੀਏ ਤਾਂ ਉਹਨਾਂ ਨੇ 6117 ਲਾਸ਼ਾਂ ਦੀ ਗਿਣਤੀ ਦੱਸੀ ਸੀ। ਉਹ ਤੋਂ ਵੱਧ ਉਹ ਲਾਸ਼ਾਂ ਦੇ ਨਾਂ ਨਹੀਂ ਸਾਨੂੰ ਪਤਾ। ਨਾ ਉਹ ਜੇ ਕਹਿੰਦੇ ਕਿ 25 ਹਜ਼ਾਰ ਸਾਡੀ ਗਿਣਤੀ ਦੇ ਆਧਾਰ 'ਤੇ ਉੱਤੇ ਕਰੀਬ 25 ਹਜ਼ਾਰ ਲਾਸ਼ਾਂ ਹੋਣੀਆਂ ਆ ਜਿਹਨਾਂ ਲਾਵਾਰਿਸ ਕਹਿ ਕੇ ਸਰਕਾਰ ਨੇ ਸਾਰਿਆ ਗਿਆ ਸਿਰਫ ਅੰਮ੍ਰਿਤਸਰ ਦੇ ਇੱਕ ਤਹਿਸ਼ਿਲ ਦੇ ਵਿੱਚ। ਉਹਨਾਂ ਦੇ ਕੋਈ ਨਾਂ ਨਹੀਂ ਕੋਈ ਗਿਣਤੀ ਨਹੀਂ ਹੈਗੀ। ਸੋ ਜੇ ਅਸੀਂ ਗਿਣਤੀ ਮਿੰਤੀ ਦੇ ਵਿੱਚ ਆ ਜੀਏ ਪੰਜਾਬ ਦੇ ਜਿਹੜੀ ਪਾਣੀ ਦਾ ਲੁੱਟ ਹੋਇਆ ਉਹਦੀ ਕਯੂਬਿਕ ਕਪੈਸਿਟੀ ਦੀ ਕੋਈ ਗਿਣਤੀ ਨਹੀਂ ਹੈਗੀ ਉਹ ਵੀ ਅਸੀਂ ਗੱਲ ਪਾਸੇ ਰੱਖ ਦਿੰਨੇ ਆ ਹੁਣ ਗੱਲ ਸਾਡੀ ਜ਼ਮੀਨਾਂ ਦੀ ਆ ਗਈ ਹੁਣ ਕੱਲੂ ਇਹਨਾਂ ਨੇ ਅੱਜ ਕਾਨੂੰਨ ਬਣਾ ਲੇ ਕੱਲੂ ਜ਼ਮੀਨਾਂ ਸਾਡੀਆਂ ਜ਼ਬਤ ਕਰ ਲੀਆਂ ਸਰਕਾਰ ਨੇ ਕੋਪਰੇਸ਼ਨਾਂ ਨੂੰ ਦੇ ਦਿੱਤਿਆਂ ਫੇਰ ਅਸੀਂ ਉਹਦੇ ਗਿਣਤੀ 'ਚ ਬਹਿਜੂਗੇ ਕਿ ਸਾਡੀ ਜੀ ਕਿੰਨੇ ਏਕੜ ਤੁਸੀਂ ਮੱਲੇ ਗਏ ਆ ਜੇ ਅਸੀਂ ਉਸ ਏਕੜਾਂ ਦੇ ਹਿਸਾਬ ਨਾਲ ਦੇਖਣੀ ਫੇਰ ਤਾਂ ਜੋ ਪੰਜਾਬ ਦਾ ਬਟਵਾਰਾ ਇਹਨਾਂ ਨੇ ਕੀਤਾ ਇਹ ਤਾਂ ਕਹਿੰਦੇ ਬਟਵਾਰਾ ਪ੍ਰੋਜੈਕਟ ਨੇ ਜਾਬ ਨੂੰ ਇੰਡੀਆ ਦੇ ਵਿੱਚ ਕੈਦ ਕਰਨ ਲਈ ਕ ਹਿੱਸਾ ਤੋੜਿਆ ਗਿਆ ਦੂਜਾ ਪਾਕਿਸਤਾਨ ਨੂੰ ਦਿੱਤਾ ਗਿਆ ਉਹਦੇ ਕੋਈ ਹਿਸਾਬ ਨਹੀਂ ਹੈਗਾ ਅਸੀਂ ਉਦਾਂ ਹੀ ਸਟੈਟਿਸਟਿਕਸ ਦੱਸਦੇ ਨੇ ਕਿ ਜੀ ਐਨੇ ਇੱਕਰ ਸਾਡੀ ਜ਼ਮੀਨ ਪਾਕਿਸਤਾਨ ਨੂੰ ਚਲ ਗਈ ਇੰਡੀਆ ਦੀ ਅਸੀਂ ਉਹਦੀ ਗਵਾਚੀ ਹੋਈ ਜ਼ਮੀਨ ਦਾ ਕੋਈ ਅਸੀਂ ਜ਼ਿਕਰ ਨਹੀਂ ਕਰਦੇ ਸੋ ਜੇ ਅਸੀਂ ਉਸ ਰਾਹ ਦੇ ਤੁਰਦੇ ਹੋਏ ਅਦਾਲਤਾਂ ਤੱਕ ਪਹੁੰਚ ਵੀ ਜਾਂਦੇ ਆ ਗਿਣਤੀ ਵੀ ਰੱਖ ਦਿੰਦੇ ਆ ਉਹਨਾਂ ਦੇ ਮੂਰੇ ਪੇਪਰ ਰੱਖ ਦਿੰਦੇ ਨੇ ਕਿ ਜੀ ਆਹ ਜੀ ਲਾਸ਼ਾਂ ਆ ਐ ਆਹ ਉਹਨਾਂ ਦੇ ਨਾਂ ਆ ਐਨਾ ਐਨਾ ਜਗ੍ਹਾ ਤੋਂ ਤੁਸੀਂ ਇਹਨਾਂ ਲੋਕਾਂ ਨੂੰ ਮਾਰਿਆ ਸੀਗਾ ਉਹ ਸਜ਼ਾ ਵੀ ਦੇ ਦੈਨ ਉਹ ਇੰਡੀਆ ਨਹੀਂ ਦਿੰਦੀ ਤੁਸੀਂ ਯੂਨੋ ਕੋ ਚਲ ਗਏ ਉਹਨਾਂ ਨੂੰ ਡਾਟਾ ਦਿੱਤਾ ਉਹਨਾਂ ਨੇ ਇੰਡੀਆ ਨੂੰ ਕਹਿ ਦਿੱਤਾ ਕਿ ਜੀ ਸਜ਼ਾ ਦੇ ਦਿਓ 7 ਸਾਲ ਨੰਗੇ 1050 ਨੰਗੇ ਉਹਨਾਂ ਨੇ ਜਿਹੜੇ ਬੰਦੇ ਹਲੇ ਜਿਉਂਦੇ ਆ ਜਿਹੜੇ ਨਹੀਂ ਮਰ ਗਏ ਉਹਨਾਂ ਨੂੰ ਉਹਨਾਂ ਨੇ ਸਜ਼ਾ ਦਿੱਤੀ ਕਿ ਫਿਰ ਸਾਨੂੰ ਇਨਸਾਫ ਮਿਲ ਗਿਆ ਜੇ ਅਦਾਲਤ ਨੇ ਤੁਹਾਨੂੰ ਇਨਸਾਫ ਦੇਤਾ ਕਿ ਸਾਡਾ ਸੰਘਰਸ਼ ਉੱਥੇ ਖਤਮ ਹੋ ਗਿਆ ਕਿ ਸਾਡੀ ਗੱਲ ਉੱਥੇ ਖਤਮ ਹੋ ਗਈ ਆ ਕਿ ਅਸੀਂ ਮੰਨ ਸਕਦੇ ਆ ਕਿ ਦੁਨੀਆ ਵੀ ਅਦਾਲਤ ਇਨਸਾਫ ਦੇਣ ਯੋਗੀ ਹੈਗੀ ਆ ਸਾਡਾ ਸੰਘਰਸ਼ ਦੁਨੀਆਵੀ ਹਿੰਦੁਸਤਾਨੀ ਜਾਂ ਬ੍ਰਿਟਾਨਵੀ ਅਦਾਲਤ ਦੇ ਕੋਲੋਂ ਇਨਸਾਫ ਲੈਣ ਦੀ ਨਹੀਂ ਜੰਗ ਹੈਗੀ ਸਾਡੀ ਜੰਗ ਤਾਂ ਸ਼ੁਰੂ ਹੋਈ ਕਰਕੇ ਸਾਨੂੰ ਪਤਾ ਹੈ ਕਿ ਦੁਨੀਆ ਦੀ ਕੋਈ ਅਦਾਲਤ ਇਨਸਾਫ ਦੇਣ ਯੋਗ ਨਹੀਂ ਹੈਗੀ ਤਾਂ ਜੰਗ ਸ਼ੁਰੂ ਹੋਈ ਆ ਤਾਂ ਸੰਘਰਸ਼ ਸ਼ੁਰੂ ਹੋਇਆ ਇਹ ਜੇ ਐਸ ਰਾਹ ਨੂੰ ਰਾਹ ਦੇ ਉੱਤੇ ਤੁਰਦੇ ਆ ਜਿਹੜਾ ਰਾਹ ਸੀ ਕਿੰਨੇ ਚਿਰੋਂ ਇੰਡੀਆ ਦੀ ਅਦਾਲਤ ਤੱਕ ਨਹੀਂ ਪਹੁੰਚਦਾ ਅਸੀਂ ਉਹਨੂੰ ਇੰਡੀਆ ਦੀ ਅਦਾਲਤ ਨੂੰ ਬਾਈਪਾਸ ਕਰਕੇ UN ਨੂੰ ਤੱਕ ਲੈ ਜਾਂਦੇ ਆ ਜੇ ਅਸੀਂ ਇਸ ਰਾਹ ਦੇ ਉੱਤੇ ਤੁਰਦੇ ਆ ਫਿਰ ਅਸੀਂ ਮੰਨਦੇ ਆ ਅਸੀਂ ਇਹ ਮੰਨ ਕੇ ਤੁਰਦੇ ਆ ਪਮਾ ਜਿੱਦਾਂ ਮਰਜੀ ਇਸ ਗੱਲ ਨੂੰ ਪੇਸ਼ ਕਰ ਲੋ ਕਿ ਦੁਨੀਆਵੀ ਅਦਾਲਤ ਇਨਸਾਫ ਦੇਣ ਯੋਗ ਹੈਗੀ ਆ ਕਿ ਅਸੀਂ ਫਿਰ ਗੁਰੂ ਸਾਹਿਬ ਨੂੰ ਅਸੀਂ ਕਹਿੰਨੇ ਆ ਸੱਚੇ ਬਾਦਸ਼ਾਹ ਪਰ ਉਹ ਤਾਂ ਫਿਰ ਗੁਰੂ ਸਾਹਿਬ ਨੂੰ ਅਸੀਂ ਗੁਰਦੁਆਰੇ ਤੱਕ ਹੀ ਸੀਮਤ ਕਰਤਾ ਫਿਰ ਅਸੀਂ ਇਹ ਨਹੀਂ ਮੰਨਦੇ ਕਿ ਗੁਰੂ ਸਾਹਿਬ ਦੁਨੀਆ ਦੇ ਵਿੱਚ ਕਿੱਦਾਂ ਦਾ ਇਨਸਾਫ ਦੇਉਗੇ ਫਿਰ ਤਾਂ ਜਿਹੜੀ ਗੱਲ ਕਹਿੰਦੇ ਆ ਪੂਰਾ ਨਿਉ ਕਰੇ ਕਰਤਾਰ ਜਿਹਦੇ ਆਧਾਰ ਦੇ ਉੱਤੇ ਸਿੱਖ ਸਾਰਾ ਇਤਿਹਾਸ ਸਾਜਿਆ ਗਿਆ ਫਿਰ ਉਹ ਤਾਂ ਇੱਕ ਧਾਰਮਿਕ ਘਾਲਨਾ ਹੀ ਰਹਿ ਗਈ ਤਾਂ ਫਿਰ ਤਾਂ ਇੱਕ ਉਹ ਬਚੇ ਨਹੀਂ ਰਹਿ ਗਏ ਜਿਹਦਾ ਅਸੀਂ ਕੋਈ ਦੁਨੀਆ ਦੇ ਵਿੱਚ ਗੁਰੂ ਗੁਰਦਵਾਰੇ ਦੇ ਚਾਰ ਦੁਆਰੀ ਤੋਂ ਬਾਹਰ ਕੋਈ ਲਾਗੂ ਕਰਨ ਦਾ ਯਤਨ ਨਹੀਂ ਕਰ ਸਕਦੇ ਅਸੀਂ ਸਟੇਟ ਦੀ ਸੋਵਰਨਿਟੀ ਜੇਰਾ ਵੀ ਰੂਪ ਹੋਵੇ ਇੰਡੀਆ ਹੁਣ ਯੂਨੋ ਦੇ ਵਿੱਚ ਸ਼ਾਮਿਲ ਆ ਸਾਡਾ ਯੂਨੋ ਚ ਕੋਈ ਸੁਣਵਾਈ ਨਹੀਂ ਹੈਗੀ ਤੁਸੀਂ ਅਨਰੇਪਰਿਜ਼ੈਂਟਡ ਪੀਪਲ ਆਰਗੇਨਾਈਜੇਸ਼ਨ ਚਲਜੋ ਉਹਨਾਂ ਨੂੰ ਕੋਈ ਡਾਟਾ ਦੇ ਦਿਓ ਕੁਛ ਵੀ ਦੇ ਦਿਓ ਬਿਨਾ ਦੇਸ਼ ਤੋਂ ਤੁਹਾਡੀ ਇਸ ਦੁਨੀਆ ਦੇ ਉੱਤੇ ਕੋਈ ਸੁਣਵਾਈ ਨਹੀਂ ਹੈਗੀ ਕਰਕੇ ਬਿਨਾ ਦੇਸ਼ ਤੋਂ ਤੁਹਾਨੂੰ ਇਨਸਾਨ ਨਹੀਂ ਮੰਨਿਆ ਜਾਂਦਾ ਜਿਹੜੇ ਇਨਸਾਨ ਨਹੀਂ ਹੁੰਦੇ ਉਹਨਾਂ ਦੇ ਉੱਤੇ ਨਸਲਕੁਸ਼ੀ ਹੁੰਦੀ ਆ ਜਿਨ੍ਹਾਂ ਨੂੰ ਹੱਕ ਨਹੀਂ ਹੈਗਾ ਆਪਣੀ ਸਿਆਸਤ ਦੀ ਗੱਲ ਕਰਨ ਦਾ ਜਦੋਂ ਤੁਸੀਂ ਸਰਕਾਰ ਦੇ ਕਾਨੂੰਨੀ ਦਾਇਰੇ ਤੋਂ ਬਾਹਰ ਨਿਕਲ ਜਾਂਦੇ ਆ ਫੇਰ ਤੁਸੀਂ ਜ਼ਰਾਇਮ ਪੇਸ਼ਾ ਹੋ ਜਾਂਦੇ ਫੇਰ ਤੁਸੀਂ ਅਤਵਾਦੀ ਹੋ ਜਾਂਦੇ ਫੇਰ ਤੁਸੀਂ ਆਪਣੀ ਨਾਗਰਿਕ ਤੱਕ ਤਾਂ ਆਪਣੀ ਸਿਟੀਜ਼ਨਸ਼ਿਪ ਆਪਣੀ ਇਨਸਾਨ ਹੋਣ ਦਾ ਹੱਕ ਗਵਾ ਬੈਠਦੇ ਆ ਕਰਕੇ ਕਾਨੂੰਨ ਦੇ ਅਦਾਇਰੇ ਦੇ ਵਿੱਚ ਹੀ ਰਹਿ ਕੇ ਤੁਹਾਨੂੰ ਇਨਸਾਨ ਮੰਨਿਆ ਜਾਂਦਾ ਡੈਮੋਕ੍ਰੇਸੀ ਇਹਨੂੰ ਹੀ ਕਹਿੰਦੇ ਆ ਜੋ ਤੁਸੀਂ ਉਸ ਕਾਨੂੰਨ ਦੇ ਅਦਾਇਰੇ ਦੀ ਉਲੰਘਣਾ ਕਰਤੀ ਤਾਂ ਫਿਰ ਤੁਸੀਂ ਇਨਸਾਨ ਨਹੀਂ ਰਹਿਗੇ ਫਿਰ ਤਾਂ ਤੁਹਾਨੂੰ ਮਾਰ ਸਕਦੇ ਜੇਲ੍ਹਾਂ ਚ ਪਾ ਸਕਦੇ ਆ ਪਰ ਜੇ ਅਸੀਂ ਉਸ ਦੇਖਣ ਦੇ ਉਸ ਨਜ਼ਰੀਏ ਦੇ ਨਾਲ ਅਸੀਂ ਆਪਣੇ ਇਤਿਹਾਸ ਨੂੰ ਦੇਖਿਆ ਤਾਂ ਫਿਰ ਤਾਂ ਸਾਡੇ ਸਾਰੇ ਇਤਿਹਾਸ ਜਿੰਨਾ ਵੀ ਹੈਗਾ ਉਹ ਤਾਂ ਕਾਨੂੰਨ ਦੇ ਦਾਇਰੇ ਤੋਂ ਬਾਹਰ ਆ ਉਹੋ ਉਸ ਜਿੰਨੇ ਵੀ ਰਹਿ ਗਏ ਉਹ ਸਾਡਾ ਸਾਰਾ ਇਤਿਹਾਸ ਜਾਂਦਾ ਲੱਗਦਾ ਜੇ ਅਸੀਂ ਇਹ ਰਾਹ ਚੁੰਨਦੇ ਹੋਏ ਕਿ ਅਸੀਂ ਅਦਾਲਤਾਂ ਨੂੰ ਜਾਣਾ ਯੂਨੋ ਨੂੰ ਜਾਣਾ ਉੱਥੇ ਤੁਸੀਂ ਕਿਸ ਚੀਜ਼ ਦਾ ਇਨਸਾਫ ਲਓਗੇ ਤੁਸੀਂ ਇਨਸਾਫ ਉਹ ਲੋਕਾਂ ਜਿਨ੍ਹਾਂ ਨੂੰ ਨਹੱਥੇ ਮਾਰਿਆ ਗਿਆ ਜਿਨ੍ਹਾਂ ਨੂੰ ਤੁਸੀਂ ਵਿਕਟਿਮ ਕਹਿੰਨੇ ਆ ਜਿਨ੍ਹਾਂ ਨੂੰ ਤੁਸੀਂ ਨਿਰਦੋਸ਼ੇ ਕਹਿੰਨੇ ਆ ਉਹਨਾਂ ਦਾ ਤੁਹਾਨੂੰ ਇਨਸਾਫ ਮਿਲੂਗਾ ਫਿਰ ਤੁਸੀਂ ਦੁਬਾਰਾ ਜੰਗ ਸ਼ੁਰੂ ਕਰੋਗੇ ਕਿ ਜਿਹੜੇ ਲੜਦੇ ਸੀਗੇ ਫਿਰ ਉਹ ਸਹੀ ਸੀਗੇ ਫਿਰ ਤੁਹਾਡੀ ਇੱਕ ਨਵੀਂ ਜੰਗ ਸ਼ੁਰੂ ਹੋਊਗੀ ਜੇ ਅਸੀਂ ਇਸ ਰਾਹ ਦੇ ਉੱਤੇ ਤੁਰਦੇ ਆ ਫਿਰ ਤਾਂ ਸਾਡੇ ਜਿਹੜੇ ਸ਼ਹੀਦ ਆ ਜਿਹੜੇ ਲੜਦੇ ਆ ਜਿਹੜੇ ਸਾਡੀ ਹਥਿਆਰਬੰਦ ਸੰਘਰਸ਼ ਆ ਉਹ ਤਾਂ ਉਹ ਸਾਈਡ ਤੇ ਰਹਿ ਜਾਂਦੀ ਆ ਅਸੀਂ ਉਹਨੂੰ ਇੱਕ ਪਾਸੇ ਨੂੰ ਚੁੱਪ ਕਰਕੇ ਇੱਕ ਵਿਕਟਿਮ ਦੇ ਤੌਰ ਦੇ ਉੱਤੇ ਦੁਨੀਆ ਦੇ ਵਿੱਚ ਵਿਛੜਦੇ ਕਿ ਅਸੀਂ ਵਿਕਟਿਮ ਆ ਸਾਨੂੰ ਤੁਸੀਂ ਇਨਸਾਫ ਦਿਓ ਤਾਂ ਅਸੀਂ ਕਈ ਅੱਜ ਕਹਿ ਦਿੰਦੇ ਆ ਕਿ ਜਿਹੜੇ ਬਹੁਤ ਜਿਆਦੇ ਸਿਆਣੇ ਆ ਕਿ ਅੱਜ ਜੀ ਹੁਣ ਟੇਬਲ ਟੋਕ ਦਾ ਯੋਗ ਗਿਆ ਹੁਣ ਅੱਜ ਕਲਮ ਦਾ ਯੋਗ ਗਿਆ ਹੁਣ ਇੱਥੇ ਗੱਲਾਂ ਬੈਠ ਕੇ ਨਿੱਠੀ ਨਿੱੱਠੀਆਂ ਜਾਂਦੀਆਂ ਫੇਰ ਤਾਂ ਅਸੀਂ ਸਤਿਗੁਰੂ ਸਾਹਿਬ ਦੇ ਰੁਸ਼ਨਾਏ ਹੋਏ ਮਾਰਗ ਦੇ ਉੱਤੇ ਵੰਝੇ ਆ ਤਾਂ ਫੇਰ ਤਾਂ ਅਸੀਂ ਗੁਰੂ ਨੂੰ ਪਿੱਠ ਕਰ ਚੁੱਕੇ ਆ ਕਿ ਗੁਰੂ ਤਾਂ ਸਾਹਿਬ ਤਾਂ ਕਹਿੰਦੇ ਆ ਕਾਲ ਯੁਗ ਦਾ ਯੋਗ ਗਿਆ ਅਸੀਂ ਸਾਡੇ ਕੋਲ ਇੰਨੀ ਤਾਕਤ ਹੈ ਅਸੀਂ ਯੁੱਗ ਦਾ ਯੁੱਗ ਨਾ ਪਲਟਾ ਕਰਨ ਯੋਗ ਹੈਗੇ ਆ ਜੇ ਸਾਡੇ ਕੋਲ ਇੰਨੀ ਤਾਕਤ ਹੈ ਫਿਰ ਅਸੀਂ ਦੁਨੀਆ ਵੀ ਅਦਾਲਤ ਕੋ ਇਨਸਾਫ ਕਾ ਤੋਂ ਮੰਗਦੇ ਆ ਇਹ ਕੋਈ ਟੇਬਲ ਟੋਕ ਦਾ ਯੁੱਗ ਨਹੀਂ ਹੈਗਾ ਇਹ ਕਲ ਯੁੱਗ ਦਾ ਸਮਾਂ ਚੱਲਦਾ ਆ ਕਲ ਯੁੱਗ ਦੇ ਸਮੇਂ ਦੇ ਵਿੱਚ ਬਿਨਾ ਸ਼ਾਸਤਰਾਂ ਦੇ ਕੋਲੋਂ ਬਿਨਾ ਆਪਣੇ ਗੁਰੂ ਸਾਹਿਬ ਦੇ ਦਰਸਾਏ ਹੋਏ ਮਾਰਗ ਦੇ ਉੱਤੇ ਇੱਥੇ ਕੋਈ ਤਾਂ ਦੀ ਸੁਣਵਾਈ ਨਹੀਂ ਹੈਗੀ ਤਾਂ ਇਸੇ ਕਹਿੰਨੇ ਨੇ ਆਸਰੇ ਦੇ ਆਸੇ ਨੇ ਧਿਰਾਂ ਦੇ ਧਿਰ ਗੁਰੂ ਸਾਹਿਬ ਵੀ ਸਾਨੂੰ ਦੱਸਦੇ ਚਾਰੇ ਯੁੱਗ ਚਲਤ ਕਹਾਣੀ ਤੇਗ ਦੀ ਜਿਹਦੇ ਕੋਲ ਆਪਣੀ ਸਤਾ ਨਹੀਂ ਹੈਗੀ ਜਿਹਦੇ ਕੋਲ ਸ਼ਾਸਤਰ ਨਹੀਂ ਹੈਗੇ ਉਹ ਉਹਨਾਂ ਦੇ ਨਾਲ ਜ਼ੁਲਮ ਹੀ ਹੁੰਦਾ ਆ ਤਾਂ ਇੱਥੇ ਦੁਨੀਆ ਦੇ ਵਿੱਚ ਤਾਂਡੀ ਕੋਈ ਸੁਣਵਾਈ ਨਹੀਂ ਹੋਣੀ ਇੱਥੇ ਰਾਜੇ ਸ਼ੈਮ ਮੁਕੱਦਮ ਕੁੱਤੇ ਅਸੀਂ ਕੁੱਤੇ ਕੋਲੋਂ ਜਾ ਕੇ ਮੰਗੂਗੇ ਕਿ ਤੁਸੀਂ ਕੁੱਤਿਆਂ ਸਾਨੂੰ ਇਨਸਾਫ ਦਿਓ ਇਹ ਇਹ ਸਾਡੇ ਪੰਥ ਦੀ ਔਕਾਤ ਅਸੀਂ ਇੰਨੀ ਨੀਵੀਂ ਰੱਖ ਸਕਦੇ ਆ ਇਹ ਇਹ ਮੇਰੇ ਹਿਸਾਬ ਨਾਲ ਤਾਂ ਅਸੀਂ ਆਪਣੇ ਪੂਰੇ ਇਤਿਹਾਸ ਨੂੰ ਪੁੱਠਾ ਕਰ ਦੂਗੇ ਸੋ ਇਹ ਸਾਨੂੰ ਸੋਚਣਾ ਚਾਹੀਦਾ ਆ ਜਦੋਂ ਅਸੀਂ ਗਲਤ ਸਿਆਸਤ ਦੀ ਕਰਦੇ ਆ ਸਿਆਸਤ ਦੇ ਵਿੱਚ ਵਾਇਲੈਂਸ ਵੀ ਆਉਂਦਾ ਆ ਹਥਿਆਰ ਚੱਕਣਾ ਸਿਆਸਤ ਦਾ ਇੱਕ ਹਿੱਸਾ ਆ ਜੇ ਨਹੀਂ ਹੁੰਦਾ ਤਾਂ ਇਸ ਦੇਸ਼ ਜੋ ਆਪਣੇ ਆਪ ਨੂੰ ਬਹੁਤ ਐਡਵਾਂਸ ਦੇਸ਼ ਮੰਨਦਾ ਆ ਉਹ ਆਪਣੀ ਫਿਰ ਫੌਜ ਛੱਡ ਦੇਵੇ ਕਿ ਅਸੀਂ ਕਿਹੜੇ ਏਡੇ ਵੱਡੇ ਹਥਿਆਰ ਰੱਖ ਲਈ ਸਾਡੇ ਕੋ ਕਿਹੜੇ 에ਰੋਪਲੇਨ ਆ ਜਾਂ ਟੈਂਕ ਆ ਜਾਂ ਨਿਊਕਲੀਅਰ ਮਿਸਾਈਲ ਆ ਦੁਨੀਆ ਦੇ ਜਿਹੜੇ ਇਦਾਂ ਦੇ ਦੇਸ਼ ਆ ਉਹ ਆਪਣੇ ਹਥਿਆਰ ਛੱਡ ਦੇਣ ਫਿਰ ਅਸੀਂ ਬੈਠ ਕੇ ਵਾਕਈ ਗੱਲ ਕਰ ਸਕਦੇ ਆ ਸੋ ਹਥਿਆਰ ਬੰਦ ਸੰਘਾਰਸ਼ ਇੱਕ ਸਾਡੇ ਸਿਆਸਤ ਦਾ ਬਹੁਤ ਕੀਮਤੀ ਹਿੱਸਾ ਹੈ ਜਿਹਨੂੰ ਅਸੀਂ ਇਸ ਵਿਚਾਰਾਂ ਦੇ ਵਿੱਚੋਂ ਇੱਕ ਪਾਸੇ ਨਹੀਂ ਰੱਖ ਸਕਦੇ ਤਾਂ ਅਸੀਂ ਦੇਖਣ ਦਾ ਨਜ਼ਰੀਆ ਅਸੀਂ ਆਪਣਾ ਕਿਦਾਂ ਸਕਦੇ ਆ ਉਹ ਦੇਖਣ ਦਾ ਨਜ਼ਰੀਆ ਸਾਨੂੰ ਅਸੀਂ ਹੁਣ ਕਹਿੰਨੇ ਆ ਕਿ ਕੌਮਾਂ ਜਿਉਂਦੀਆਂ ਜਿਹੜਾ ਆਪਣੇ ਸ਼ਹੀਦਾਂ ਨੂੰ ਤਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਰੱਖਦੇ ਉਹ ਕੌਮਾਂ ਜਿੰਦੀਆਂ ਬਾਕੀ ਕੌਮਾਂ ਉਦਾਂ ਹੀ ਦੁਨੀਆ ਦੇ ਵਿੱਚ ਮੁਰਦਿਆਂ ਵਾਂਗੂ ਹੀ ਆ ਅਸੀਂ ਆਪਣੇ ਸ਼ਹੀਦਾਂ ਨੂੰ ਬਹੁਤ ਯਾਦ ਰੱਖਦੇ ਆ ਉਹਨਾਂ ਦੀਆਂ ਤਸਵੀਰਾਂ ਘਰਾਂ ਦੇ ਵਿੱਚ ਲੱਗੀਆਂ ਉਹਨਾਂ ਦੀਆਂ ਤਸਵੀਰਾਂ ਅਸੀਂ ਗੁਰੂ ਘਰਾਂ ਦੇ ਵਿੱਚ ਲਾਉਨੇ ਆ ਪਰ ਜਦੋਂ ਅਸੀਂ ਗੱਲ ਕਰਦੇ ਆ ਜਾਂ ਸੋਚਦੇ ਆ ਅਸੀਂ ਉਹ ਉਹਨਾਂ ਦੀ ਸ਼ਹੀਦਾਂ ਦੀ ਸੋਚ ਨੂੰ ਪਾਸੇ ਕਰ ਦਿੰਨੇ ਆ ਉਹ ਤਸਵੀਰਾਂ ਰਹਿ ਜਾਂਦੀਆਂ ਉਹ ਇੱਕ ਸਲੋਗਨ ਰਹਿ ਜਾਂਦਾ ਉਹ ਇੱਕ ਸਾਡੇ ਦਿਲਾਂ ਦੇ ਵਿੱਚ ਅਹਿਸਾਸ ਰਹਿ ਜਾਂਦਾ ਪਰ ਅਸੀਂ ਜੇ ਅਸੀਂ ਇਸ ਮਾਰਗ ਦੇ ਉੱਤੇ ਤੁਰਨਾ ਆਇਆ ਸਾਨੂੰ ਦੇਖਣਾ ਚਾਹੀਦਾ 84 ਤੋਂ ਬਾਅਦ ਕੌਮ ਦਾ ਕੀ ਜਵਾਬ ਸੀਗਾ ਉਹਨਾਂ ਨੇ ਜੋ ਉੱਥੇ ਪੰਜਾਬ 'ਚ ਸਿੱਖ ਰਹਿ ਰਹੇ ਸੀਗੇ ਉਹਨਾਂ ਨੇ ਇਸ ਸਿਆਸਤ ਦੇ ਵਿੱਚੋਂ ਨੰਗਦੇ ਹੋਏ ਸਟੇਟ ਦੇ ਵਾਇਲੈਂਸ ਦੇ ਵਿੱਚੋਂ ਸਟੇਟ ਦੇ ਸਰਕਾਰੀ ਹਿੰਸੇ ਦੇ ਵਿੱਚੋਂ دہشتਗਰਦ ਦੇ ਵਿੱਚੋਂ ਨੰਗਦੇ ਹੋਏ ਉਹਨਾਂ ਨੇ ਇੱਕ ਰਾਹ ਉਲੀਕਿਆ ਕਿ ਸਾਨੂੰ ਬਿਨਾ ਹਥਿਆਰਬੰਦ ਸੰਘਰਸ਼ ਤੋਂ ਸਾਨੂੰ ਆਜ਼ਾਦੀ ਨਹੀਂ ਮਿਲੂਗੀ 78 ਤੋਂ ਲੈ ਕੇ 84 ਤੱਕ 6 ਸਾਲ ਪ੍ਰਚਾਰ ਹੋਇਆ ਤਾਂ ਕੌਮ ਸਮਝਣਯੋਗ ਹੋ ਗਈ ਕਿ ਅਸੀਂ ਆਪਣੀ ਗੁਲਾਮੀ ਦੇ ਨਾਲ ਅਸੀਂ ਜ਼ਿੰਦਗੀ ਨਹੀਂ ਬਰਤੀਤ ਕਰਨੀ ਹੈ ਸੰਘਰਸ਼ ਹੋਇਆ ਉਹਨਾਂ ਨੇ ਸਰਕਾਰ ਨੇ ਪਛਾਣਿਆ ਕਿ ਹੁਣ ਇਹਨਾਂ ਦਾ ਦੇਖਣ ਦਾ ਨਜ਼ਰੀਆ ਬਦਲ ਗਿਆ ਆ ਇਹ ਸਰਕਾਰ ਵੱਲ ਨਹੀਂ ਦੇਖਦੇ ਇਹ ਅਨੰਦਪੁਰ ਵੱਲ ਦੇਖਦੇ ਆ ਇਹ ਆਪਣੇ ਇਤਿਹਾਸ ਵੱਲ ਦੇਖਦੇ ਗੁਰੂ ਸਾਹਿਬ ਵੱਲ ਦੇਖਦੇ ਇਹਨਾਂ ਨੂੰ ਮਾਰਿਆ ਜਾਵੇ ਤਾਂ ਉਤੋਂ ਸਮਝਦੇ ਹੋਏ ਸਿੱਖਾਂ ਨੇ 10 ਸਾਲ ਸਿਵਲ ਵਾਰ ਪਹਿਲੀ ਖਾਲਿਸਤਾਨ ਦੀ ਜੰਗ ਹਿੰਦ ਸਰਕਾਰ ਦੇ ਨਾਲ 10 ਸਾਲ ਜਦੋ ਜਹਿਤ ਕੀਤੀ ਆ ਤਾਂ ਇਤਿਹਾਸ ਸਿਰਜਿਆ ਗਿਆ ਹੁਣ ਗੱਲ ਮੁੱਕਦੀ ਆ ਕਿ ਰਾਹ ਕੀ ਆ ਜੇ ਇਸ ਵਿਚਾਰ ਹੁੰਦੇ ਆ ਤਾਂ ਇਹਦੇ ਵਿੱਚੋਂ ਰਾਹ ਕਿਰਾ ਨਿਕਲਦਾ ਆ ਇਹੋ ਜਿਹਹਾ ਰਾਹ ਦੁਨੀਆ ਦੇ ਵਿੱਚ ਕੋਈ ਨਹੀਂ ਹੈਗਾ ਜਿਹਦੇ ਵਿੱਚ ਤੁਹਾਨੂੰ ਆਜ਼ਾਦੀ ਮਿਲੂਗੀ ਬਿਨਾ ਕੁਰਬਾਨੀ ਤੋਂ ਕੋਈ ਦੁਨੀਆ ਦੇ ਵਿੱਚ ਰਾਹ ਨਹੀਂ ਹੈਗਾ ਦੁਨੀਆ 'ਚ ਬਹੁਤ ਸਾਰੇ ਰਾਹ ਆ ਬਹੁਤ ਸਾਰੇ ਤਰੀਕੇ ਆ ਜੀਵਨ ਜਿਉਣ ਦੇ ਪਰ ਉਹ ਜਿਹੜਾ ਰਾਹ ਕੋਈ ਨਹੀਂ ਹੈਗਾ ਕਿ ਬਿਨਾ ਕੁਰਬਾਨੀ ਬਿਨਾ ਸੰਘਰਸ਼ ਤੁਹਾਨੂੰ ਆਪਣੀ ਆਜ਼ਾਦੀ ਹਾਸਲ ਹੋਵੇ ਬਿਨ ਹੱਥ ਜ਼ੋਰ ਵੈਰੀ ਮਿੱਤ ਨਾ ਹੋਵੇ ਇਹ ਜਿਹੜਾ ਕੋਈ ਰਾਹ ਨਹੀਂ ਤੁਸੀਂ ਦੁਨੀਆ 'ਚ ਜਿੰਨਾ ਮਰਜੀ ਘੁੰਮ ਕੇ ਦੇਖ ਲਓ ਤੁਸੀਂ ਦੁਬਾਰਾ ਸਿੱਖ ਇਤਿਹਾਸ ਸਿਰਜ ਕੇ 500 ਸਾਲ ਅੱਗਾ ਸੀ ਫਿਊਚਰ ਦੇ ਵਿੱਚ ਗੱਲ ਕਰਕੇ ਦੇਖ ਲਓ ਕੋਈ ਇਹੋ ਜਿਹਾ ਰਾਹ ਨਹੀਂ ਹੈਗਾ ਸੋ ਜੇ ਅਸੀਂ ਇਹ ਰਾਹ ਦੇ ਮਾਰਗ ਦੇ ਉੱਤੇ ਤੁਰਨਾ ਆ ਸਾਨੂੰ ਸਿਰਫ ਤਾਂ ਗੋਲ ਆਲਮ ਦੀ ਸੱਚੀ ਸਰਕਾਰ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਗੁਰੂ ਸਾਹਿਬ ਦੇ ਮੂਹਰੇ ਅਰਦਾਸ ਹੋਣੀ ਚਾਹੀਦੀ ਹੈ ਕਿ ਗੁਰੂ ਸਾਹਿਬ ਅਸੀਂ ਪਰਿਵਾਰ ਦਾ ਮੋਹ ਤਿਆਗਣ ਜੋਗ ਹੋਈਏ ਅਸੀਂ ਉਹ ਸ਼ਹੀਦਾਂ ਦੇ ਦਰਸਾਏ ਹੋਏ ਰਾਹ ਤੇ ਚੱਲਣ ਜੋਗ ਹੋਈਏ ਇੱਥੇ ਸਾਡੀ ਗੱਲ ਸ਼ੁਰੂ ਹੋਵੇ ਇੱਥੇ ਸਾਡੀ ਗੱਲ ਖਤਮ ਹੋਵੇ ਕੋਈ ਦੁਨੀਆ ਦੀ ਅਦਾਲਤ ਪਾ ਮੈਂ ਇੰਡੀਆ ਦੀ ਹੋਵੇ ਪਾ ਮੈਂ ਇੰਗਲੈਂਡ ਦੀ ਹੋਵੇ ਕੋਈ ਦੁਨੀਆ ਦੀ ਅਦਾਲਤ ਕੋਈ ਜੂਨੋ ਕੋਈ ਨਹੀਂ ਕਿਤੇ ਨੂੰ ਤੁਹਾਨੂੰ ਇਨਸਾਫ ਨਹੀਂ ਮਿਲੂਗਾ ਤੁਸੀਂ ਏਦਾਂ ਹੀ ਪਲਟਕਦੇ ਰਹੋਗੇ ਜਿੱਦਾਂ ਵੀਰ ਜੀ ਸਾਡੇ ਕਹਿ ਕੇ ਗਏ ਆ ਤੁਸੀਂ ਛੱਤਰ ਅੱਜ ਖਾਣੇ ਆ ਜਾਂ ਕੱਲ ਖਾਣੇ ਆ ਜਿੱਦਾਂ ਸਾ ਜਰਨੈਲ ਸਿੰਘ ਜੀ ਕਹਿੰਦੇ ਸੀਗੇ ਕਿ ਤੁਸੀਂ ਸੋਚ ਲਓ ਕਿ ਜੇ ਤੁਸੀਂ ਧਰਮ ਦੀ ਕਮਾਈ ਕਰਨੀ ਹੈ ਰੰਬੀ ਕੋਲ ਰੱਖਿਆ ਕਰੋ ਕਿ ਤੁਹਾਡੇ ਖੋਪਰ ਲਿੱਥਿਆ ਜਾਊਗਾ ਟੋਕਾ ਕੋਲ ਰੱਖਿਆ ਕਰੋ ਬੰਦ ਬੰਦ ਕੱਟੂਗਾ ਇਹ ਰਾਹ ਆ ਅਸੀਂ ਇਹਨੂੰ ਰਾਹ ਨੂੰ ਬਹੁਤ ਸੋਖਾ ਸਮਝਣ ਲੱਪੇ ਅਸੀਂ ਚਾਹੁੰਦੇ ਹਾਂ ਸਾਡੀ ਸ਼ਕਿਰਤਾ ਮੇਰੇ ਵਰਗਿਆਂ ਚ ਵੱਧ ਗਈ ਆ ਕਿ ਅਸੀਂ ਇਹੋ ਜਿਹਾ ਕੋਈ ਰਾਹ ਲੱਭ ਲਈਏ ਜਿਸਨੂੰ ਪ੍ਰਾਪਤੀ ਵੀ ਹੋ ਜਾਵੇ ਨੁਕਸਾਨ ਨਾ ਹੋਵੇ ਸੀ ਫਿਰ ਅਸੀਂ ਕਿਸ ਚੀਜ਼ ਨੂੰ ਨੁਕਸਾਨ ਕਹਿ ਰਹੇ ਹਾਂ ਸ਼ਹੀਦਾਂ ਦੀ ਕਮਾਈ ਨੂੰ ਨੁਕਸਾਨ ਕਹਿ ਰਹੇ ਹਾਂ ਜੇਲ੍ਹਾਂ ਦੇ ਵਿੱਚ ਜਾਣਾ ਬੰਦ ਬੰਦ ਕਟਾਉਣਾ ਉਹ ਨੁਕਸਾਨ ਆ ਸੋ ਇਹ ਕੋਈ ਨੁਕਸਾਨ ਨਹੀਂ ਹੈਗਾ ਇਹ ਸਾਡਾ ਸਿਨੈਰੀ ਇਤਿਹਾਸ ਆ ਇਹ ਰਾਹ ਆ ਸੋ ਅਸੀਂ ਸਤਿਗੁਰੂ ਸਾਹਿਬ ਅੱਗੇ ਅਰਦਾਸ ਕਰੀਏ ਸੰਗਤਾਂ ਓਟ ਆਸਰਾ ਲੈ ਕੇ ਗੁਰੂ ਸਾਹਿਬ ਦੇ ਉੱਤੇ ਅਸੀਂ ਕਦੀ ਵਾਂਝੇ ਨਾ ਹੋਈਏ ਸਤਿਗੁਰੂ ਦੇ ਦਰਸਾਏ ਹੋਏ ਮਾਰਗ ਤੋਂ ਅਸੀਂ ਕਦੇ ਵਾਂਝੇ ਨਾ ਹੋਈਏ ਗੁਰੂ ਸਾਹਿਬ ਨੂੰ ਕਦੀ ਨਾ ਪਿੱਠ ਦਿਖਾਈਏ ਇੰਨੀਆਂ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ ਬੋਲਿਆ ਭੁੱਲ ਚੁੱਕ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਰਹਾ ਸ